ਮੌਲੀ ਜ਼ਿਲ੍ਹੇ ਦੇ ਡੇਰਾਬਸੀ ਪੰਡਵਾਲਾ ਰੋਡ ਤੇ ਅਚਾਨਕ ਇੱਕ ਭਰੇ ਹੋਏ ਡੀਜ਼ਲ ਦੇ ਟਰੱਕ ਦੇ ਵਿੱਚ ਅਚਾਨਕ ਅੱਗ ਲੱਗੀ। ਹਾਲਾਂਕਿ ਰਾਹਤ ਦੀ ਇਹ ਗੱਲ ਹੈ ਕਿ ਕੋਈ ਬਲਾਸਟ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਲੇਕਿਨ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਤੋਂ ਇਹ ਟਰੱਕ ਭਰਿਆ ਸੀਗਾ 6500 ਲੀਟਰ ਦੀ ਇੱਕ ਕੈਪੈਸਿਟੀ ਵਾਲਾ ਟਰੱਕ, ਜਿਹਦੇ ਵਿੱਚ 6000 ਲੀਟਰ ਉਸ ਵੇਲੇ ਡੀਜ਼ਲ ਸੀ। ਅਚਾਨਕ ਅੱਗ ਲੱਗਦੀ ਹੈ ਔਰ ਇਹਦਾ ਡਰਾਈਵਰ ਨੂੰ ਵੀ ਪਤਾ ਨਹੀਂ ਲੱਗਦਾ। ਹਾਲਾਂਕਿ ਰਾਹਗੀਰ ਨੇ ਦੱਸਿਆ ਡਰਾਈਵਰ ਨੂੰ ਕਿ ਪਿੱਛੇ ਅਚਾਨਕ ਧੂੰਆਂ ਨਿਕਲ ਰਿਹਾ, ਜਦ ਡਰਾਈਵਰ ਬਾਹਰ ਨਿਕਲਦਾ ਹੈ ਤਾਂ ਦੇਖਦਾ ਹੈ ਕਾਫੀ ਉੱਥੇ ਧੂੰਆਂ ਤੇ ਅੱਗ ਲੱਗੀ ਹੋਈ ਹੈ। ਹਾਲਾਂਕਿ ਪੂਰਾ ਏਰੀਆ ਜਿਹੜਾ ਆਸ ਪਾਸ ਦਾ ਜਿਹੜਾ ਏਰੀਆ ਹੈ ਉਹਨੂੰ ਵੀ ਖਾਲੀ ਕਰਾ ਲਿਆ ਗਿਆ ਸੀਗਾ। ਮੌਕੇ ਤੇ ਫਾਇਰ ਦੀ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ, ਲੇਕਿਨ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਅਚਾਨਕ ਵਾਲਵ ਜਿਹੜਾ ਹੈ ਉਹ ਲੀਕ ਹੋ ਰਿਹਾ ਸੀਗਾ, ਡੀਜ਼ਲ ਉਹਦੇ ਵਿੱਚ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਿਆ ਔਰ ਅੱਗ ਇੰਨੀ ਜ਼ਿਆਦਾ ਜਿਹੜੀ ਭਿਆਨਕ ਲੱਗ ਰਹੀ ਸੀ ਕਿਉਂਕਿ ਕਾਫੀ ਕਾਲੇ ਧੂਏ ਦਾ ਗੁਬਾਰ ਜਿਹੜਾ ਉਹ ਨਿਕਲ ਰਿਹਾ ਸੀ। ਹਾਲਾਂਕਿ ਇਹਦੇ ਵਿੱਚ ਰਾਹਤ ਦੀ ਗੱਲ ਜ਼ਰੂਰ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ। ਆਸ ਪਾਸ ਦਾ ਜਿਹੜਾ ਏਰੀਆ ਫਾਇਰ ਦੀ ਗੱਡੀਆਂ ਪੁਲਿਸ ਮੌਕੇ ਤੇ ਪਹੁੰਚ ਕੇ ਪੂਰਾ ਏਰੀਆ ਨੂੰ ਕਾਟਨ ਆਫ ਕਰ ਲਿਆ ਸੀਗਾ, ਪੂਰਾ ਸਰਚ ਜਿਹੜਾ ਹੈਗਾ ਆਪ ਖਾਲੀ ਕਰਾ ਦਿੱਤਾ ਗਿਆ ਸੀਗਾ ਕਿਉਂਕਿ ਕਿਸੇ ਵੀ ਵੇਲੇ ਡੀਜ਼ਲ ਤੋਂ ਭਰਿਆ ਟੈਂਕ ਫਟ ਸਕਦਾ ਸੀਗਾ। ਹਾਲਾਂਕਿ ਮੌਕੇ ਤੇ ਪਹੁੰਚ ਕੇ ਜ਼ਰੂਰ ਇਹਦੇ ਵਿੱਚ ਬਚਾਵ ਕੀਤਾ ਔਰ ਕੜੀ ਮਸ਼ਕਤ ਦੇ ਨਾਲ ਡੀਜ਼ਲ ਤੋਂ ਭਰਿਆ ਟਰੱਕ ਦਾ ਜਿਹੜੀ ਅੱਗ ਲੱਗੀ ਸੀ ਉਹਦੇ ਤੇ ਕਾਬੂ ਪਾਇਆ ਗਿਆ। ਹੁਣ ਗਰਮੀ ਦਾ ਸਮਾਂ, ਅਚਾਨਕ ਵਾਲਵ ਲੀਕ ਕਰਕੇ ਜਾਂ ਫਿਰ ਜਿਸ ਤਰ੍ਹਾਂ ਗਰਮੀ ਕਾਰਨ, ਹੀਟ ਕਾਰਨ ਜਾਂ ਇੰਜਨ ਦੇ ਹੀਟ ਕਾਰਨ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਹੈ ਉਹ ਲਗਾਤਾਰ ਸਾਹਮਣੇ ਆ ਰਹੇ। ਬਹੁਤ ਹੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਜਾਣਕਾਰੀ ਜਿਹੜੀ ਹੈ ਨਾਲ ਦੇ ਨਾਲ ਦੇਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇਹ ਜਿਹੜਾ ਹਾਦਸਾ ਡੇਰਾਬਸੀ ਪੰਡਵਾਲਾ ਰੋਡ ਤੇ ਹੋਇਆ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਇੱਕ ਕੰਪਨੀ ਤੋਂ ਨਿਕਲਿਆ ਸੀਗਾ ਤੇ ਅੱਗੇ ਸਪਲਾਈ ਕਰਨ ਜਾ ਰਿਹਾ ਸੀਗਾ। ਹੁਣ ਤੱਕ ਦੀ ਜਿਹੜੀ ਮਿਲੀ ਜਾਣਕਾਰੀ ਸਾਹਮਣੇ ਆ ਰਹੀ। ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਪੰਡਵਾਲਾ ਰੋਡ ਤੇ ਅਚਾਨਕ ਇੱਕ ਭਰੇ ਹੋਏ ਡੀਜ਼ਲ ਦੇ ਟਰੱਕ ਦੇ ਵਿੱਚ ਅਚਾਨਕ ਅੱਗ ਲੱਗੀ। ਹਾਲਾਂਕਿ ਰਾਹਤ ਦੀ ਇਹ ਗੱਲ ਹੈ ਕਿ ਕੋਈ ਬਲਾਸਟ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਲੇਕਿਨ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਤੋਂ ਇਹ ਟਰੱਕ ਭਰਿਆ ਸੀਗਾ 6500 ਲੀਟਰ ਦੀ ਇੱਕ ਕੈਪੈਸਿਟੀ ਵਾਲਾ ਟਰੱਕ, ਜਿਹਦੇ ਵਿੱਚ 6000 ਲੀਟਰ ਉਸ ਵੇਲੇ ਡੀਜ਼ਲ ਸੀ। ਅਚਾਨਕ ਅੱਗ ਲੱਗਦੀ ਹੈ ਔਰ ਇਹਦਾ ਡਰਾਈਵਰ ਨੂੰ ਵੀ ਪਤਾ ਨਹੀਂ ਲੱਗਦਾ। ਹਾਲਾਂਕਿ ਰਾਹਗੀਰ ਨੇ ਦੱਸਿਆ ਡਰਾਈਵਰ ਨੂੰ ਕਿ ਪਿੱਛੇ ਅਚਾਨਕ ਧੂੰਆਂ ਨਿਕਲ ਰਿਹਾ, ਜਦ ਡਰਾਈਵਰ ਬਾਹਰ ਨਿਕਲਦਾ ਹੈ ਤਾਂ ਦੇਖਦਾ ਹੈ ਕਾਫੀ ਉੱਥੇ ਧੂੰਆਂ ਤੇ ਅੱਗ ਲੱਗੀ ਹੋਈ ਹੈ। ਹਾਲਾਂਕਿ ਪੂਰਾ ਏਰੀਆ ਜਿਹੜਾ ਆਸ ਪਾਸ ਦਾ ਜਿਹੜਾ ਏਰੀਆ ਹੈ ਉਹਨੂੰ ਵੀ ਖਾਲੀ ਕਰਾ ਲਿਆ ਗਿਆ ਸੀਗਾ। ਮੌਕੇ ਤੇ ਫਾਇਰ ਦੀ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ, ਲੇਕਿਨ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਅਚਾਨਕ ਵਾਲਵ ਜਿਹੜਾ ਹੈ ਉਹ ਲੀਕ ਹੋ ਰਿਹਾ ਸੀਗਾ, ਡੀਜ਼ਲ ਉਹਦੇ ਵਿੱਚ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਿਆ ਔਰ ਅੱਗ ਇੰਨੀ ਜ਼ਿਆਦਾ ਜਿਹੜੀ ਭਿਆਨਕ ਲੱਗ ਰਹੀ ਸੀ ਕਿਉਂਕਿ ਕਾਫੀ ਕਾਲੇ ਧੂਏ ਦਾ ਗੁਬਾਰ ਜਿਹੜਾ ਉਹ ਨਿਕਲ ਰਿਹਾ ਸੀ। ਹਾਲਾਂਕਿ ਇਹਦੇ ਵਿੱਚ ਰਾਹਤ ਦੀ ਗੱਲ ਜ਼ਰੂਰ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ। ਆਸ ਪਾਸ ਦਾ ਜਿਹੜਾ ਏਰੀਆ, ਫਾਇਰ ਦੀ ਗੱਡੀਆਂ ਪੁਲਿਸ ਮੌਕੇ ਤੇ ਪਹੁੰਚ ਕੇ ਪੂਰਾ ਏਰੀਆ ਨੂੰ ਕਾਟਨ ਆਫ ਕਰ ਲਿਆ ਸੀਗਾ, ਪੂਰਾ ਸਰਚ ਜਿਹੜਾ ਹੈਗਾ ਆਪ ਖਾਲੀ ਕਰਾ ਦਿੱਤਾ ਗਿਆ ਸੀਗਾ ਕਿ ਕਿਸੇ ਵੀ ਵੇਲੇ ਡੀਜ਼ਲ ਤੋਂ ਭਰਿਆ ਟੈਂਕ ਫਟ ਸਕਦਾ ਸੀਗਾ। ਹਾਲਾਂਕਿ ਮੌਕੇ ਤੇ ਪਹੁੰਚ ਕੇ ਜ਼ਰੂਰ ਇਹਦੇ ਵਿੱਚ ਬਚਾਵ ਕੀਤਾ ਔਰ ਕੜੀ ਮਸ਼ਕਤ ਦੇ ਨਾਲ ਡੀਜ਼ਲ ਤੋਂ ਭਰਿਆ ਟਰੱਕ ਦਾ ਜਿਹੜੀ ਅੱਗ ਲੱਗੀ ਸੀ ਉਹਦੇ ਤੇ ਕਾਬੂ ਪਾਇਆ ਗਿਆ। ਹੁਣ ਗਰਮੀ ਦਾ ਸਮਾਂ, ਅਚਾਨਕ ਵਾਲਵ ਲੀਕ ਕਰਕੇ ਜਾਂ ਫਿਰ ਜਿਸ ਤਰ੍ਹਾਂ ਗਰਮੀ ਕਾਰਨ, ਹੀਟ ਕਾਰਨ ਜਾਂ ਇੰਜਨ ਦੇ ਹੀਟ ਕਾਰਨ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਹੈ ਉਹ ਲਗਾਤਾਰ ਸਾਹਮਣੇ ਆ ਰਹੇ। ਬਹੁਤ ਹੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਜਾਣਕਾਰੀ ਜਿਹੜੀ ਹੈ ਨਾਲ ਦੇ ਨਾਲ ਦੇਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇਹ ਜਿਹੜਾ ਹਾਦਸਾ ਡੇਰਾਬਸੀ ਪੰਡਵਾਲਾ ਰੋਡ ਤੇ ਹੋਇਆ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਇੱਕ ਕੰਪਨੀ ਤੋਂ ਨਿਕਲਿਆ ਸੀਗਾ ਤੇ ਅੱਗੇ ਸਪਲਾਈ ਕਰਨ ਜਾ ਰਿਹਾ ਸੀਗਾ, ਹੁਣ ਤੱਕ ਦੀ ਜਿਹੜੀ ਮਿਲੀ ਜਾਣਕਾਰੀ ਸਾਹਮਣੇ ਆ ਰਹੀ।